ਯੂਕੇ ਤੇ ਯੂਰਪ ਤੇ ਮੇਰੇ ਨਾਲ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂਵਾਲੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਜਿਹੜੀ ਬਾਬਾ ਜੀ ਪੂਰੀ ਘਟਨਾ ਹੋਈ ਹੈ ਕੱਲ੍ਹ ਉਸ ਸੰਬੰਧ ਵਿੱਚ ਜਾਣਕਾਰੀ ਦਿਓ ਸਿੱਖ ਚੈਨਲ ਦੀ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਵਾਨਾਂ 'ਤੇ ਰੋਜ਼ ਵਾਂਗ ਜਾਣ ਵਾਂਗੂ ਕੱਲ੍ਹ ਸ਼ਾਮ ਨੂੰ 6 ਵਜੇ ਅਸੀਂ 6:45 ਵਜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਈਸੇਵਾਲ ਪਿੰਡ ਲਈ ਰਵਾਨਾ ਹੋਏ ਸੀ ਅਤੇ ਤਕਰੀਬਨ 7:45 ਵਜੇ ਰਸਤੇ ਦੇ ਵਿੱਚ ਛਬੀਲ ਲੱਗੀ ਹੋਈ ਸੀ। ਛਬੀਲ ਲੱਗੀ ਵਾਲਿਆਂ ਨੇ ਸਾਨੂੰ ਰੋਕਿਆ, ਹੱਥ ਦੇ ਕੇ ਰੋਕਿਆ ਤਾਂ ਅਸੀਂ ਰੁਕੇ ਵੀ ਪਾਣੀ ਪਿਆਉਣ ਲੱਗੇ ਆ ਅਤੇ ਉਹਨਾਂ ਨੇ ਉਸੇ ਵੇਲੇ ਪਹਿਲਾਂ ਸਪਰੇਅ ਕਰ ਦਿੱਤੀ ਸਾਰੀਆਂ ਸ਼ੀਸ਼ਿਆਂ ਉੱਤੇ, ਸਮਾਨ ਉਹਨਾਂ ਨੇ ਥੱਲੇ ਸੁੱਟ ਦਿੱਤਾ ਛਬੀਲ ਵਾਲਾ। ਫਟਾਫਟ ਆਵਾਜ਼ ਮਾਰੀ ਪਿੱਛੇ ਜਿਹੜੇ ਲੁਕੇ ਹੋਏ ਬੰਦੇ ਸੀ, ਉਹਨਾਂ ਨੇ ਪਹਿਲਾਂ ਸਪਰੇਅ ਕੀਤੀ ਤਾਂ ਜੋ ਸ਼ੀਸ਼ਿਆਂ ਤੋਂ ਗੱਡੀਆਂ ਵਾਲੇ ਡਰਾਈਵਰਾਂ ਨੂੰ ਕੁਛ ਦਿਸ ਨਾ ਸਕੇ। ਫਿਰ ਗੱਡੀਆਂ ਦੇ ਟਾਇਰ ਪਾੜੇ, ਕੁਹਾੜੀਆਂ ਲਿਆਂਦੀਆਂ ਗੱਡੀਆਂ ਦੇ ਟਾਇਰ ਪਾੜੇ, ਉਸ ਤੋਂ ਬਾਅਦ ਕੁਹਾੜੀਆਂ ਨਾਲ ਸ਼ੀਸ਼ੇ ਤੋੜੇ, ਫਿਰ ਅੰਦਰ ਬੈਠੇ ਬੰਦਿਆਂ 'ਤੇ ਕੁਹਾੜੀਆਂ 'ਤੇ ਰੌਡ ਚਲਾਏ, ਉਸ ਤੋਂ ਬਾਅਦ ਫਿਰ ਗੋਲੀ ਚਲਾਈ। ਸੋ ਉਦਣ ਕੁਦਰਤੀ ਮੇਰੇ ਵਰਗੀ ਦਸਤਾਰ ਸੇਮ ਭੁਪਿੰਦਰ ਸਿੰਘ ਜਿਨ੍ਹਾਂ ਦਾ ਹੁਣ ਸੰਸਕਾਰ ਕੀਤਾ, ਭਾਈ ਭੁਪਿੰਦਰ ਸਿੰਘ ਸਾਡੇ ਮਿਸ਼ਨ ਦੇ ਨਾਲ ਪ੍ਰਚਾਰਕ ਨੇ ਅਤੇ ਉਹਨਾਂ ਨੇ ਉਹ ਦਸਤਾਰ ਮੇਰੇ ਵਰਗੀ ਵੀ ਬੰਨੀ ਸੀ ਸੇਮ। ਸੋ ਉਹਨਾਂ ਨੂੰ ਦੱਸਿਆ ਇਹ ਗਿਆ ਹੋਏਗਾ ਕਿ ਮੈਂ ਫਰੰਟ ਸੀਟ 'ਤੇ ਬੈਠਦਾ, ਕਿਉਂਕਿ ਮੈਂ ਜ਼ਿਆਦਾਤਰ ਫਰੰਟ 'ਤੇ ਬੈਠਦਾ, ਕਦੇ ਕਦੇ ਪਿੱਛੇ ਬੈਠ ਜਾਂਦਾ। ਕੱਲ੍ਹ ਮੈਂ ਪਿੱਛੇ ਬੈਠਾ ਹੋਇਆ ਸੀ, ਦਸਤਾਰ ਸੇਮ ਸੀ। ਸੋ ਸ਼ੀਸ਼ਾ ਉਹਨਾਂ ਨੇ ਮੇਰਾ ਤੋੜਿਆ, ਪਹਿਲਾਂ ਸ਼ੀਸ਼ੇ ਤੋੜੇ ਫਿਰ ਗੋਲੀਆਂ, ਸ਼ੀਸ਼ਾ ਮੇਰਾ ਤੋੜਿਆ ਪਰ ਗੋਲੀ ਉਹਨਾਂ ਨੇ ਅਗਲੇ ਭੁਲੇਖੇ ਨਾਲ ਗੋਲੀ ਚਲਾਉਣ ਵਾਲੇ ਨੇ ਅੱਗੇ ਚਲਾਈ। ਜਦੋਂ ਫਿਰ ਅਸੀਂ ਭਜਾ ਭਜੂ ਕੇ ਗੱਡੀਆਂ ਕੱਢੀਆਂ, ਗੱਡੀ ਦੇ ਟਾਇਰ ਪਾੜ ਗਏ, ਇਕੱਲੇ ਰਿੰਮ ਸੀ ਉਹਨਾਂ ਉੱਤੇ ਗੱਡੀਆਂ ਚੱਲਦੀਆਂ ਰਹੀਆਂ। ਕਈ ਕਿਲੋਮੀਟਰ ਅਸੀਂ ਇੱਦਾਂ ਹੀ ਗਏ ਔਰ ਉਸ ਤੋਂ ਬਾਅਦ ਫਿਰ 4 ਕਿਲੋਮੀਟਰ ਤੱਕ ਉਹ ਗੋਲੀਆਂ ਚਲਾਉਂਦੇ ਰਹੇ ਸਾਡੇ ਉੱਤੇ, ਫਿਰ ਇੱਕਦਮ ਰਾਈਟ ਨੂੰ ਟਰਨ ਕਰ ਲਿਆ, ਉੱਥੋਂ ਫਿਰ ਕੁਦਰਤੀ ਇੰਨਾ ਕੁ ਬਚਾਅ ਹੋ ਗਿਆ। ਪਿੱਛੇ ਭੱਜ ਕੇ ਅਸੀਂ 3 ਜਣਿਆਂ ਨੇ ਆਪਣੀ ਜਾਨ ਬਚਾ ਲਈ। ਸੋ ਉੱਥੇ ਕੁਛ ਬੰਦੇ ਸੀ ਉਹਨਾਂ ਕੋਲ ਪਹੁੰਚ ਗਏ, ਉੱਥੇ ਟਾਰਚਾਂ ਟੂਰਚਾਂ ਮਾਰਦੇ ਰਹੇ, ਲੱਭਦੇ ਰਹੇ। ਸੋ ਗੋਲੀ ਉਹਨਾਂ ਨੇ ਮਾਰੀ ਮੇਰੇ ਸੀ, ਉਹਨਾਂ ਨੂੰ ਉਹਨਾਂ ਨੇ ਭਾਣੇ ਸੀ ਵੀ ਅਸੀਂ ਖਤਮ ਕਰ ਦਿੱਤਾ ਔਰ ਫਿਰ ਫਰੰਟ 'ਤੇ ਵੀ ਗੋਲੀਆਂ ਮਾਰੀਆਂ ਵੀ ਖਤਮ ਹੋ ਗਿਆ ਅਤੇ ਉਸ ਤੋਂ ਬਾਅਦ ਉਸ ਵੇਲੇ ਹੀ ਭਾਈ ਭੁਪਿੰਦਰ ਸਿੰਘ ਦੀ ਜਾਨ ਨਿਕਲ ਗਈ ਸੀ। ਅਤੇ ਇਨਸਾਫ ਕਿਸ ਤਰ੍ਹਾਂ ਦਾ ਇਨਸਾਫ ਦੀ ਮੰਗ ਕਰਦੇ ਜੀ, ਜਿਸ ਤਰ੍ਹਾਂ ਦੇ ਨਾਲ ਕਾਨੂੰਨ ਵਿਵਸਥਾ ਜਿਹੜੀ ਹੈ ਬਿਲਕੁਲ ਲੱਗਦਾ ਡਗਮਗਾ ਰਹੀ ਹੈ? ਉਹ ਅਸੀਂ ਇੱਥੇ ਇੱਦਾਂ ਗੁੰਡਾ ਰਾਜ ਅੱਜ ਦੀ ਘੜੀ ਵਿੱਚ ਹੋਇਆ। ਸੋ ਚਾਹੀਦਾ ਇਹ ਹੈ ਕਿ ਇੱਡੀ ਵੱਡੀ ਗੁੰਡਾਗਰਦੀ ਦਿਨ ਦਿਹਾੜੇ ਲੁਧਿਆਣੇ ਸ਼ਹਿਰ ਦੇ ਵਿੱਚ ਇੰਨੀ ਦੁਨੀਆ ਦੇ ਸਾਹਮਣੇ ਹੋਵੇ। ਹੁਣ CCTV ਕੈਮਰਿਆਂ ਵਿੱਚ ਬਹੁਤ ਸਾਰੀਆਂ ਫੋਟੇਜ ਆ ਚੁੱਕੀਆਂ ਨੇ ਅਤੇ ਹੁਣ ਚਾਹੀਦਾ ਗੱਡੀਆਂ ਵੀ ਟਰੇਸ ਹੋ ਗਈਆਂ, ਜਿਹੜੀਆਂ ਗੱਡੀਆਂ ਦੀਆਂ ਫੋਟੋਆਂ ਸੋਸ਼ਲ ਨੈਟਵਰਕ 'ਤੇ ਆਈਆਂ ਉਹੀ ਗੱਡੀਆਂ ਸੀ, ਉਹੀ 4 ਗੱਡੀਆਂ ਨੇ, 4-5 ਗੱਡੀਆਂ ਦਿਸ ਰਹੀਆਂ ਨੇ ਔਰ ਉਹ ਬੰਦਿਆਂ ਦੇ ਚਿਹਰੇ ਵੀ ਦਿਸ ਰਹੇ ਆ ਅਤੇ 5-7 ਬੰਦੇ ਫੜੇ ਵੀ ਗਏ ਆ ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹਦੇ ਪਿੱਛੇ ਕੌਣ ਆ, ਉਹ ਮੇਨ ਬੰਦੇ ਨਹੀਂ, ਸਾਨੂੰ ਜਿਹੜੇ ਪਿੱਛੇ ਬੰਦੇ ਆ ਜਿਨ੍ਹਾਂ ਨੇ ਸਭ ਕੁਝ ਕੀਤਾ ਉਹ ਸਾਡੇ ਸਾਹਮਣੇ ਆਉਣੇ ਚਾਹੀਦੇ। ਅਨੇਕਾਂ ਸੰਗਤਾਂ ਦੇ ਬਾਹਰੋਂ ਫੋਨ ਆ ਰਹੇ ਨੇ, ਸਿੱਖ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਵਿਦੇਸ਼ਾਂ ਦੇ ਵਿੱਚ ਬੈਠੀ ਹੈ? ਸਿੱਖ ਸੰਗਤ ਨੂੰ ਇੱਕ ਤਾਂ ਬੇਨਤੀ ਕਰਾਂਗੇ ਕਿ ਜਿਹੜਾ ਇੱਕ ਸ਼ਾਂਤੀ ਬਣਾ ਕੇ ਰੱਖੋ, ਅਰਦਾਸ ਕਰੋ ਅਤੇ ਇੱਕ ਭਾਈ ਭੁਪਿੰਦਰ ਸਿੰਘ ਜੀ ਦਾ ਥੋੜ੍ਹਾ ਬਹੁਤ ਜਿੰਨਾ ਕੁ ਸਹਿਯੋਗ ਦੇ ਸਕਣ, ਉਹ ਕਿਸੇ ਨੂੰ ਕੋਈ ਪੈਸਾ ਨਾ ਦੇਣ ਪਰ ਭੋਗ ਦੇ ਉੱਤੇ ਜਿਸ ਦਿਨ ਇਹਨਾਂ ਦਾ ਦੁਸਹਿਰਾ ਹੋਣਾ ਹੈ ਮੇਰਾ ਖਿਆਲ ਹੈ 26 ਤਰੀਕ ਨੂੰ, ਉਸ ਡਾਇਰੈਕਟ ਆਪਣੇ ਰਿਸ਼ਤੇਦਾਰ ਭੇਜ ਕੇ ਥੋੜ੍ਹੀ ਬਹੁਤ ਜੇ ਕੋਈ ਚਾਹੁੰਦਾ ਤਾਂ ਉਹ ਇਹਨਾਂ ਦੀ ਹੈਲਪ ਸਿੱਧੀ ਪਰਿਵਾਰ ਦੀ ਸਿੱਧੀ ਡਾਇਰੈਕਟ ਹੈਲਪ ਕਰਨ, ਕਿਸੇ ਵਿਚੋਲੇ ਨੂੰ ਕੋਈ ਪੈਸਾ ਨਾ ਦੇਣ। ਸੋ ਇਹ ਸਨ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂਵਾਲੇ ਜਿਨ੍ਹਾਂ ਨੇ ਵਿਸਥਾਰਪੂਰਵਕ ਪੂਰੀ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੇਰੇ ਨਾਲ ਇਸ ਵੇਲੇ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਜੋ ਪੂਰਾ ਕੱਲ੍ਹ ਵਾਕਿਆ ਹੋਇਆ ਹੈ। ਬੀਤੇ ਦਿਨ ਜੋ ਬਾਬਾ ਭੁਪਿੰਦਰ ਸਿੰਘ ਜੀ ਹੈ ਉਹਨਾਂ 'ਤੇ ਗੋਲੀ ਲੱਗੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੂੰ DMC ਹੋਸਪਿਟਲ ਲੁਧਿਆਣਾ ਦੇ ਵਿੱਚ ਲਿਜਾਇਆ ਗਿਆ ਅਤੇ ਜਿੱਥੇ ਉਹਨਾਂ ਨੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ। ਅਤੇ ਮੇਰੇ ਨਾਲ ਵਧੇਰੇ ਜਾਣਕਾਰੀ ਦੇ ਲਈ ਹਰਪ੍ਰੀਤ ਸਿੰਘ ਮੱਖੂ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ। ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਸਵਾਲ ਕੀਤਾ ਸੀ ਕਿ ਜੋ ਕੱਲ੍ਹ ਹੋਇਆ ਉਹ ਵੈਸੇ ਜਦੋਂ ਹੋਇਆ ਮੈਨੂੰ ਲੱਗਦਾ ਵੀ ਇੱਥੋਂ ਦੇ ਵਸਨੀਕਾਂ ਨੂੰ ਤਾਂ ਸ਼ਾਇਦ ਬਾਅਦ ਵਿੱਚ ਪਤਾ ਲੱਗਾ, ਪਰ ਸਾਡੀ ਵਰਲਡ ਦੀ ਸੰਗਤ ਨੂੰ ਪਹਿਲਾਂ ਪਤਾ ਲੱਗ ਗਿਆ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਨਾ, ਇਸ ਕਰਕੇ ਗੱਲ ਅੱਪੜ ਗਈ। ਵੀਰ ਜੀ ਮੈਨੂੰ ਇੱਕ ਚੀਜ਼ ਸਮਝ ਪਈ ਹੈ ਵੀ ਇਹ ਜਿਹੜਾ ਹਮਲਾ ਹੈ ਨਾ ਇਹ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ 'ਤੇ ਹਮਲਾ ਨਹੀਂ ਹੋਇਆ। ਹੁਣ ਕਈਆਂ ਦੇ ਮਨ ਦੇ ਵਿੱਚ ਖਿਆਲ ਆਵੇਗਾ ਵੀ ਇਹ ਨਵੀਂ ਦੁਬਧਾ ਲੱਗਾ ਖੜੀ ਕਰਨ ਵੀ ਇਹ ਕਿਉਂ ਨਹੀਂ ਹਮਲਾ ਹੋਇਆ। ਦਰਸ਼ਕੋ ਇਹ ਗੱਲ ਮੈਂ ਤਾਂ ਕਹਿੰਦਾ, ਮੈਨੂੰ ਲੱਗਦਾ ਵੀ ਇਹ ਜਿਹੜਾ ਹਮਲਾ ਹੈ ਨਾ ਇਹ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ 'ਤੇ ਨਹੀਂ ਹੋਇਆ, ਇਹ ਹਮਲਾ ਸੱਚ ਦੇ ਪ੍ਰਚਾਰ 'ਤੇ ਹੋਇਆ। ਜਿਨ੍ਹਾਂ ਨੂੰ ਇਹ ਚੀਜ਼ ਭਾਉਂਦੀ ਨਹੀਂ, ਸੱਚ ਦਾ ਪ੍ਰਚਾਰ ਹਜ਼ਮ ਨਹੀਂ ਨਾ ਹੁੰਦਾ, ਉਹ ਹਰ ਹੀਲਾ ਕਰਦੇ ਨੇ, ਸਾਮ ਦਾਮ ਦੰਡ ਬੇਹ ਤਰੀਕੇ ਵਰਤ ਲੈਂਦੇ ਨੇ, ਜਦੋਂ ਦੇਖਦੇ ਕੁਛ ਨਹੀਂ ਫਿਰ ਇੱਕੋ ਇੱਕ ਤਰੀਕਾ ਮਾਰ ਦਿਓ। ਪਰ ਦਰਸ਼ਕੋ ਬੰਦਾ ਬੰਦੇ ਨਾਲ ਦਲੀਲ ਨਾਲ ਗੱਲ ਕਰਦਾ ਹੈ, ਜਾਨਵਰ ਹਮੇਸ਼ਾ ਸਿੰਘ ਮਾਰਦਾ। ਜੇ ਕਿਸੇ ਨੇ ਸਿੰਘ ਮਾਰਿਆ ਨਾ ਤਾਂ ਇਹਦੇ ਸਿੱਧੇ ਅਰਥ ਨੇ ਵੀ ਉਹ ਬੰਦਾ ਨਹੀਂ ਸੀ, ਉਹ ਜਾਨਵਰ ਹੈ, ਕਿਉਂਕਿ ਬੰਦਾ ਦਲੀਲ ਨਾਲ ਗੱਲ ਕਰੇਗਾ। ਮੈਨੂੰ ਤੁਹਾਡੇ ਨਾਲ ਕੋਈ ਮਤਭੇਦ ਹੈ, ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਭਾਈ ਸਾਹਿਬ ਆ ਕਿਵੇਂ ਮਤਭੇਦ ਆਪਾਂ ਦੂਰ ਕਰੀਏ, ਅਤੇ ਮੈਂ ਕਹਾਂ ਬੰਦੇ ਨੂੰ ਜਾਨੋ ਮਾਰ ਦਿਓ, ਇਹ ਕੋਈ ਇਨਸਾਨੀਅਤ ਥੋੜ੍ਹਾ। ਉਹ ਭਾਵੇਂ ਕਿੱਡੀ ਵੱਡੀ ਸੰਸਥਾ ਦਾ ਮੁਖੀ ਹੋਵੇ ਅਤੇ ਭਾਵੇਂ ਕੋਈ ਲੀਡਰ ਹੋਵੇ ਅਤੇ ਭਾਵੇਂ ਕਿਸੇ ਦਾ ਵੀ ਹੱਥ ਹੋਵੇ, ਮੈਂ ਕਹਿੰਦਾ ਵੀ ਜਿੱਥੇ ਪ੍ਰਸ਼ਾਸਨ ਨੇ ਇਹਨਾਂ ਨੂੰ ਸਜ਼ਾਵਾਂ ਦੇਣੀਆਂ ਨੇ ਉੱਥੇ ਘੱਟੋ ਘੱਟ ਖਾਲਸਾ ਵੀ ਆਪਣੀਆਂ ਰੋਹ ਰੀਤਾਂ ਨਾ ਭੁੱਲੇ ਅਤੇ ਉਹਨਾਂ ਰੋਹ ਰੀਤਾਂ ਦੇ ਮੁਤਾਬਕ ਇਹਨਾਂ ਜ਼ਾਲਮਾਂ ਨੂੰ ਸਜ਼ਾ ਦੇਵੇ। ਵੀਰ ਜੀ ਦੇਖੋ, ਕਿਸੇ ਨੂੰ ਬੜੇ ਪਿਆਰ ਦੇ ਨਾਲ ਕਹਿਣਾ ਵੀ ਜਲ ਛਕੋ, ਅਗਲੇ ਦੀ ਭਾਵਨਾ ਵੇਖੋ, ਨਹੀਂ ਤਾਂ ਅਗਲਾ ਕਹਿੰਦਾ ਠੀਕ ਹੈ ਗੱਡੀਆਂ ਦੇ ਵਿੱਚ ਸਾਰਾ ਕੁਛ ਹੈ, ਲਗਜ਼ਰੀ ਗੱਡੀਆਂ ਨੇ, ਲੰਘੋ ਗਾਣਾ ਆਪਾਂ ਕੀ ਲੈਣਾ। ਇੱਕ ਬਾਣੇ 'ਤੇ ਭਰੋਸਾ ਕੀਤਾ ਵੀ ਸੋਹਣੀਆਂ ਦਸਤਾਰਾਂ ਨੇ, ਸੋਹਣੇ ਕੱਪੜੇ ਪਾਏ ਨੇ, ਸੋਹਣੇ ਦਾੜੇ ਪ੍ਰਕਾਸ਼ ਨੇ, ਮਨ ਦੇ ਵਿੱਚ ਤਾਂ ਆਹੀ ਭਾਵਨਾ ਵੀ ਕਿਸੇ ਦਾ ਦਿਲ ਨਾ ਦਿਖਾਈਏ, ਪਰ ਜੇ ਸ਼ੇਰ ਦੇ ਰੂਪ ਦੇ ਵਿੱਚ ਭੇੜੀਆ ਬੈਠਾ ਹੋਵੇ ਤਾਂ ਫਿਰ ਇੱਧਰ ਕੀ ਕਸੂਰ ਹੈ। ਸੋ ਇਹਨਾਂ ਲੋਕਾਂ ਨੇ ਐਡੀ ਘਿਣਾਉਣੀ ਹਰਕਤ ਕੀਤੀ, ਸਿੱਖੀ ਬਾਣੀ ਨੂੰ ਬਦਨਾਮ ਕੀਤਾ। ਜੇ ਪਿੱਛੇ ਜੇ ਇੱਕ ਵੀਡੀਓ ਬੀਬੀ ਦੀ ਗਾਤਰੇ ਵਾਲੀ ਆਈ ਸੀ ਤਾਂ ਸਾਡੇ ਦੇਸ਼ ਵਿਦੇਸ਼ ਵਿੱਚ ਚਰਚਾ ਮੱਚ ਗਿਆ, ਇੰਨਾ ਚਰਚਾ ਮੱਚਿਆ ਵੀ ਗਾਤਰਾ ਪਾ ਕੇ ਇਹ ਹਰਕਤ। ਸੰਗਤ ਜੀ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਮੈਂ, ਇਹ ਵੀ ਹਰਕਤ ਬੜੀ ਘਿਣਾਉਣੀ ਹਰਕਤ ਹੈ, ਔਰ ਆਹ ਦੇਖ ਲਓ ਸਾਹਮਣੇ ਚਿਖਾ ਬਲਦੀ ਪਈ ਹੈ। ਅਤੇ ਇਸ ਵੀਰ ਨੇ ਇਸ ਜਿਨ੍ਹਾਂ ਲੋਕਾਂ ਨੇ ਇਹ ਘਿਣਾਉਣੀ ਹਰਕਤ ਕੀਤੀ ਉਹਦੇ ਵਿੱਚ ਆਪਣੀ ਜਾਨ ਗਵਾਈ ਹੈ। ਅਸੀਂ ਅੱਜ ਆਪਣੀ ਕੌਮ ਦਾ ਇੱਕ ਹੀਰਾ ਖੋਇਆ। ਪਰ ਵੀਰ ਜੀ ਮੈਂ ਸਮੇਤ ਤੁਹਾਡੇ ਵਰਗੇ ਜਿਹੜੇ ਪਿਆਰ ਵਾਲੇ ਮਿਲਦੇ ਪਏ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਵਾਂ ਕਿ ਜੇ ਭਾਈ ਰਣਜੀਤ ਸਿੰਘ 'ਤੇ ਹਮਲਾ ਹੋ ਜਾਂਦਾ ਨਾ ਤਾਂ ਅਸੀਂ ਆਪਣੀ ਕੌਮ ਦਾ ਕੋਹੇਨੂਰ ਹੀਰਾ ਖੋ ਲੈਣਾ ਸੀ। ਭਾਈ ਰਣਜੀਤ ਸਿੰਘ ਤੋਂ ਕੀ ਤਕਲੀਫ ਹੈ? ਸੱਚ ਦਾ ਪ੍ਰਚਾਰ ਕਰਦਾ ਤਾਂ, ਉਹ ਗਵਈਆਂ ਨੂੰ ਨਹੀਂ ਬਖਸ਼ਦਾ ਤਾਂ, ਉਹ ਜਿਹੜੇ ਅਖੌਤੀ ਸੰਤ ਬਣੇ ਨੇ ਉਹਨਾਂ ਨੂੰ ਨਹੀਂ ਬਖਸ਼ਦਾ ਤਾਂ, ਜਿਹੜੇ ਪਿੰਡਾਂ ਦੇ ਵਿੱਚ ਪਖੰਡ ਚੱਲਦੇ ਉਹਨਾਂ 'ਤੇ ਬੋਲਦਾ, ਨਲਕਿਆਂ 'ਤੇ ਬੋਲਦਾ। ਇਸ ਕਰਕੇ ਬਸ ਆਹੀ ਦੋਸ਼ ਹੈ ਉਹਦਾ ਕਿ ਸਿੱਖ ਹੋਣਾ ਗੁਨਾਹ ਹੋ ਗਿਆ, ਕਿ ਸੱਚ ਦਾ ਪ੍ਰਚਾਰ ਕਰਨਾ ਪਾਪ ਹੋ ਗਿਆ। ਮੇਰੇ ਗੁਰੂ ਨਾਨਕ ਦੇ ਘਰ ਦੀ ਆਵਾਜ਼ ਸੀ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਵੇਲੇ ਦਾ ਸੱਚ ਸੁਣਾਓ। ਅਤੇ ਵੇਲੇ ਦਾ ਸੱਚ ਹੁੰਦਾ ਗੱਲ ਮੂੰਹ ਦੇ ਉੱਪਰ ਕਰਨੀ, ਉਹ ਗੱਲ ਕਰਦਾ ਮੂੰਹ ਦੇ ਉੱਪਰ, ਕਰੰਟ ਮੁੱਦਾ ਨਾਲ ਦੀ ਨਾਲ ਠੋਕ ਦਿੰਦਾ ਦੀਵਾਨ ਦੇ ਵਿੱਚ ਵੀ ਆਹ ਪ੍ਰੋਬਲਮ ਹੈ, ਅਤੇ ਫਿਰ ਉਹਦੇ 'ਤੇ ਤਕਲੀਫ ਕੀ ਹੈ? ਦੇਖੋ ਐਡਾ ਵੱਡਾ ਕਾਤਲਾਨਾ ਹਮਲਾ ਸਿੱਖੀ ਸਿਧਾਂਤ ਦੇ ਉੱਪਰ ਹਮਲਾ ਹੈ, ਸਿੱਖ ਰਹਿਤ ਮਰਿਆਦਾ ਦੇ ਉੱਪਰ ਹਮਲਾ ਹੈ, ਅਤੇ ਦੂਜੇ ਨੰਬਰ ਦੇ ਉੱਪਰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਗੁਰੂ ਕਾ ਬਾਣਾ ਪਾ ਕੇ ਅਤੇ ਸ਼ਬੀਲਾ ਸਹਾਰਾ ਲੈ ਕੇ ਕੀਤਾ। ਕਿਸੇ ਵੀ ਤਰੀਕੇ ਲੋਕ ਬਖਸ਼ਣ ਯੋਗ ਨਹੀਂ ਹੈ। ਅਸੀਂ ਪ੍ਰਸ਼ਾਸਨ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੰਗ ਕਰਦੇ ਹਾਂ, ਜਿੱਥੇ ਜਿੱਥੇ ਤੁਹਾਡੀ ਵਾਹ ਚੱਲਦੀ ਆਪਣੀ ਵਾਹ ਲਾਓ। ਅੱਜ ਦੇਖ ਲਓ ਅਸੀਂ ਉਸੇ ਸ਼ਮਸ਼ਾਨ ਘਾਟ ਦੇ ਵਿੱਚ ਖਲੋਤੇ ਹਾਂ। ਖਾਸੀ ਕਲਾਂ ਪਿੰਡ ਹੈ, ਜਿਸ ਪਿੰਡ ਦੇ ਵਿੱਚ ਸਾਡਾ ਬੜਾ ਪਿਆਰਾ ਮਿੱਤਰ, ਮੇਰੀ ਕੌਮ ਦਾ ਪ੍ਰਚਾਰਕ, ਜਿਹਨੇ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਦਿੱਤੀ, ਅੱਗੇ ਤੋਂ ਐਸਾ ਨਾ ਹੋਵੇ। ਔਰ ਵੀਰ ਜੀ ਮੈਨੂੰ ਇੱਕ ਗੱਲ ਦੱਸੋ, ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਕਾਫਲਾ ਬੜਾ ਵੱਡਾ ਜਦੋਂ ਜਾਂਦੇ ਨੇ ਨਾ ਪ੍ਰਚਾਰ 'ਤੇ, ਅਤੇ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ ਮੈਨੂੰ ਲੱਗਦਾ 20 ਤੋਂ 25 ਸਿੰਘ ਇਹਨਾਂ ਦੇ ਨਾਲ ਹੁੰਦੇ ਨੇ, 20-25 ਸਿੰਘ ਆਮ ਗੱਲ ਹੈ। ਹੁਣ ਇਹਨਾਂ ਦੇ ਨਾਲ ਤਾਂ 25 ਸਿੰਘ ਹੁੰਦੇ ਨੇ ਤਾਂ ਵੀ ਐਡਾ ਵੱਡਾ ਹਾਦਸਾ, ਅਤੇ ਜਿਹੜੇ ਅਸੀਂ ਇਕੱਲੇ ਦੇ ਇਕੱਲੇ ਤੁਰੇ ਫਿਰਦੇ ਹਾਂ, ਅਸੀਂ ਵੀ ਤਾਂ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ, ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ, ਫਿਰ ਜਿਹੜੇ ਇਕੱਲੇ ਦੇ ਇਕੱਲੇ ਤੁਰੇ ਫਿਰਦੇ ਇਹਨਾਂ ਦਾ ਕੀ ਬਣੂਗਾ? ਇਹਦਾ ਅਰਥ ਹੈ ਵੀ ਪ੍ਰਚਾਰਕ ਨੂੰ ਕਿਤੇ ਵੀ ਗੋਲੀ ਮਾਰ ਦਿਓ। ਸੰਗਤ ਜੀ ਪਹਿਲਾਂ ਹਮਲੇ ਹੋਏ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਵਰੂਪਾਂ ਦੇ ਉੱਪਰ, ਅਤੇ ਉਦੋਂ ਇੱਕ ਖਦਸ਼ਾ ਜਤਾਇਆ ਸੀ ਵੀ ਜਿਹੜੇ ਲੋਕ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਚੁੱਕ ਕੇ ਬੇਅਦਬੀਆਂ ਕਰ ਸਕਦੇ ਨੇ ਨਾ, ਇਹ ਕੱਲ੍ਹ ਨੂੰ ਸਾਡੇ ਪ੍ਰਚਾਰਕਾਂ ਨੂੰ ਵੀ ਮਾਰ ਸਕਦੇ। ਔਰ ਦੇਖ ਲਓ ਆਹ ਬਲਦੀ ਹੋਈ ਚਿਖਾ ਇਸ ਗੱਲ ਦੀ ਗਵਾਹ ਹੈ ਵੀ ਸਾਡੇ ਨਾਲ ਜੋ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ, ਅਤੇ ਸੰਗਤ ਨੂੰ ਹੁਣ ਇੱਥੇ ਜਾਗਰਤ ਹੋਣ ਦੀ ਲੋੜ ਹੈ। ਸਾਡੇ ਪ੍ਰਚਾਰਕ ਜਿਹੜੇ ਸਕੂਟਰ 'ਤੇ ਜਾ ਕੇ ਪ੍ਰਚਾਰ ਕਰਦੇ ਆ,
ਇਸ ਕਰਕੇ ਸੰਗਤ ਜੀ ਤੁਹਾਨੂੰ ਕੋਈ ਨਿਯਮ ਬਣਾਉਣਾ ਪੈਣਾ। ਜਥੇਦਾਰਾਂ ਤੋਂ ਤਾਂ ਮੈਨੂੰ ਬਿਲਕੁਲ ਵੀ ਆਸ ਕੋਈ ਨਹੀਂ। ਜਿਹੜੇ ਜਥੇਦਾਰ ਆਪਣੀ ਜਾਨ ਆਪ ਬਚਾਉਂਦੇ ਫਿਰਦੇ ਨੇ, ਕੌਮ ਦਾ ਕੀ ਫੈਸਲਾ ਲੈਣਗੇ? ਇੱਥੇ ਤੁਹਾਨੂੰ ਸੰਗਤ ਜੀ ਜਾਗਣਾ ਪੈਣਾ, ਸੁਚੇਤ ਹੋਣਾ ਪੈਣਾ ਅਤੇ ਕੋਈ ਡਟਵਾਂ ਫੈਸਲਾ ਲੈਣਾ ਪੈਣਾ ਕਿ ਸਾਡੀ ਕੌਮ ਦੇ ਪ੍ਰਚਾਰ ਦੇ ਵਿੱਚ ਕਿਸੇ ਵੀ ਤਰੀਕੇ ਰੁਕਾਵਟ ਨਾ ਬਣੇ। ਹਾਂ, ਜਿਹਨੂੰ ਬਹੁਤਾ ਖਾਉਰੂ ਉੱਠਦਾ ਉਹ ਸਮਾਂ ਦੇ ਸਕਦਾ, ਭਾਈ ਰਣਜੀਤ ਸਿੰਘ ਨੂੰ ਸਮਾਂ ਦੇ ਦਿੰਦਾ ਵੀ ਫਲਾਣੀ ਜਗ੍ਹਾ 'ਤੇ ਅੱਪੜ ਜਾ, ਨਾ ਅੱਪੜਦੇ ਫਿਰ ਰੌਲਾ ਪਾਉਂਦਾ ਵੀ ਆਹ ਕੰਮ ਹੋਇਆ। ਹੁਣ ਟਾਈਮ ਨਹੀਂ ਦਿੱਤਾ ਪਾਣੀ ਦਾ ਸਹਾਰਾ ਲੈ ਕੇ ਕਿਸੇ ਦੀ ਜਾਨ ਦੇ ਉੱਪਰ ਹਮਲਾ ਕਰਨਾ, ਇਹ ਕਾਇਰ ਬੰਦੇ ਦੀ, ਨਪੁੰਸਕ ਬੰਦੇ ਦੀ ਨਿਸ਼ਾਨੀ ਹੈ। ਇਹ ਮਰਦਾਂ ਵਾਲਾ, ਯੋਧਿਆਂ ਵਾਲਾ ਕੰਮ ਕੋਈ ਨਹੀਂ। ਜਿਸ ਨੇ ਵੀ ਕੀਤਾ ਘਿਨਾਉਣੀ ਹਰਕਤ ਹੈ। ਦੇਸ਼ ਵਿਦੇਸ਼ ਦੀ ਸੰਗਤ ਵੀ ਵਿਰੋਧ ਕਰੇ, ਜਿੱਥੇ ਤੱਕ ਸਾਡੀ ਵਾਹ ਚੱਲਦੀ ਹੈ ਅਸੀਂ ਵੀ ਡਟਵਾਂ ਵਿਰੋਧ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪੰਜਾਬ ਦਾ ਸਭ ਤੋਂ ਸ਼ਾਂਤੀ ਵਾਲਾ ਸੂਬਾ ਜਿਹੜਾ ਆ, ਉਹ ਸਰਕਾਰ ਦੇ ਵੱਲੋਂ ਹਮੇਸ਼ਾ ਹੀ ਕਿਹਾ ਜਾ ਰਿਹਾ ਅਤੇ ਲੰਮੇ ਸਮੇਂ ਤੋਂ ਇਹ ਸਰਕਾਰ ਦੇ ਵੱਲੋਂ ਰੱਟ ਲਗਾਈ ਜਾ ਰਹੀ ਹੈ ਕਿ ਪੰਜਾਬ ਜਿਹੜਾ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਸ਼ਾਂਤੀ ਵਾਲਾ ਸੂਬਾ, ਇੱਥੇ ਬਹੁਤ ਜ਼ਿਆਦਾ ਸ਼ਾਂਤੀ ਹੈ। ਅਤੇ ਸ਼ਾਂਤੀ ਸੰਗਤ ਜੀ, ਅਸੀਂ ਪਿਛਲੇ ਇੱਕ ਡੇਢ ਸਾਲ ਤੋਂ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਸ਼ਾਂਤੀ ਹੈ। ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜਿਸ ਦਾ ਅਜੇ ਤੱਕ ਕੋਈ ਵੀ ਇਨਸਾਫ ਜਿਹੜਾ ਆ ਉਹ ਨਹੀਂ ਮਿਲ ਸਕਿਆ। ਅਤੇ ਸਰਕਾਰ ਫਿਰ ਚੁੱਪ ਦੀ ਚੁੱਪ ਹੈ, ਪਰ ਇਹ ਰੱਟ ਜ਼ਰੂਰ ਲਗਾ ਰਹੀ ਹੈ ਕਿ ਭਾਰਤ ਦੇ ਵਿੱਚ ਜੇਕਰ ਸਭ ਤੋਂ ਜ਼ਿਆਦਾ ਸ਼ਾਂਤੀ ਹੈ ਤਾਂ ਉਹ ਸਿਰਫ ਪੰਜਾਬ ਦੇ ਵਿੱਚ। ਅਤੇ ਉਸੇ ਹੀ ਸ਼ਾਂਤੀ ਦੇ ਵਿੱਚੋਂ ਇੱਕ ਵਾਰ ਫਿਰ ਇੱਕ ਭਾਂਬੜ ਉੱਠਿਆ ਹੈ ਜੋ ਕਿ ਮੇਰੇ ਪਿੱਛੇ ਇੱਕ ਚਿਖਾ ਜਿਹੜੀ ਉਸ ਦੇ ਰੂਪ ਦੇ ਵਿੱਚ ਬਲ ਰਿਹਾ ਹੈ, ਜਿਸ ਤਰ੍ਹਾਂ ਦੇ ਨਾਲ ਪ੍ਰਚਾਰਕ ਜਿਹੜੇ ਆ ਉਹ ਸਿੱਖ ਪੰਥ ਦੇ ਵਾਸਤੇ ਅਤੇ ਕੌਮ ਦੇ ਵਾਸਤੇ ਜਿਹੜੇ ਆ ਉਹ ਦਿਨ ਰਾਤ ਪ੍ਰਚਾਰ ਦੇ ਵਿੱਚ ਜੁਟੇ ਆ, ਵੱਖ ਵੱਖ ਜਗ੍ਹਾ ਦੇ ਉੱਤੇ ਉਹਨਾਂ ਦੇ ਦੀਵਾਨ ਚੱਲਦੇ ਆ। ਅਤੇ ਜਿਸ ਤਰ੍ਹਾਂ ਦੇ ਨਾਲ ਕੱਲ੍ਹ ਇੱਕ ਘਿਨਾਉਣੀ ਹਰਕਤ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਕਿ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਹੜੇ ਆ ਉਹਨਾਂ ਦੇ ਕਾਫਲੇ ਦੇ ਉੱਤੇ ਹਮਲਾ ਕੀਤਾ ਅਤੇ ਕੱਲ੍ਹ ਕਿਸੇ ਕਾਰਨ ਕਰਕੇ ਉਹ ਪਿਛਲੀ ਸੀਟ ਦੇ ਉੱਤੇ ਬੈਠੇ ਅਤੇ ਬਾਬਾ ਭੁਪਿੰਦਰ ਸਿੰਘ ਜੀ ਜੋ ਅਗਲੀ ਸੀਟ ਦੇ ਉੱਤੇ ਬੈਠੇ ਸਨ ਉਹਨਾਂ ਦੀ ਗੋਲੀ ਲੱਗਣ ਦੇ ਨਾਲ ਉੱਥੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹੋਸਪਿਟਲ ਲਿਜਾਂਦਾ ਗਿਆ, ਜਿਸ ਤੋਂ ਬਾਅਦ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪਰ ਇੱਥੇ ਅੱਜ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਕਾਂਗਰਸ ਦੇ ਵਿੱਚੋਂ ਵੀ ਚਰਨਜੀਤ ਸਿੰਘ ਚੰਨੀ ਅਤੇ ਬੈਂਸ ਬ੍ਰਦਰਸ ਇੱਥੋਂ ਲੁਧਿਆਣੇ ਤੋਂ ਲੋਕਲ ਜਿਹੜੇ ਉਹ ਵੀ ਆਏ। ਅਤੇ ਕੋਈ ਵੀ ਪ੍ਰਚਾਰਕ ਜਿਹੜਾ ਆ ਉਹ ਨਹੀਂ ਰਿਹਾ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ, ਪਰ ਸਿਰਫ ਅਤੇ ਸਿਰਫ ਇੱਕ ਸਰਕਾਰ ਜੋ ਇੱਥੇ ਪੰਥਕ ਸਰਕਾਰ ਆਪਣੇ ਆਪ ਨੂੰ ਕਹਿੰਦੀ ਹੈ, ਉਹਨਾਂ ਦਾ ਨਾ ਕੋਈ ਨੁਮਾਇੰਦਾ ਅਤੇ ਨਾ ਹੀ ਸਰਕਾਰ ਦਾ ਕੋਈ ਕਰੀਬੀ ਇੱਥੇ ਪਹੁੰਚਿਆ, ਜਿਸ ਜੋ ਕਿ ਇਸ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਇੱਥੇ ਆ ਕੇ ਸ਼ਾਮਿਲ ਹੋਇਆ ਹੋਵੇ। ਸੋ ਅੱਜ ਦੀ ਇਸ ਸਮੁੱਚੀ ਜਿਹੜੀ ਸਾਡੀ ਕਵਰੇਜ ਸੀ ਉਸ ਦੇ ਵਿੱਚ ਅਸੀਂ ਵੱਖ ਵੱਖ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ, ਸੰਤਾਂ ਮਹਾਂਪੁਰਸ਼ਾਂ ਦੇ ਨਾਲ ਗੱਲਬਾਤ ਕੀਤੀ। ਅਤੇ ਅੱਜ ਦੀ ਇਸ ਸਟੋਰੀ ਦੇ ਵਿੱਚ ਫਿਲਹਾਲ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਜਿਹੜਾ ਇੰਸੀਡੈਂਟ ਹੈ ਕੱਲ੍ਹ ਸ਼ਾਮ ਨੂੰ ਕੋਈ 7:45 ਦੇ ਵਿੱਚ ਦਾ ਹੋਇਆ, ਇਹਦੇ ਵਿੱਚ ਸਾਨੂੰ ਅਸੀਂ ਮੌਕੇ 'ਤੇ ਇਨਫੈਕਟ 15 ਮਿੰਟਾਂ 'ਚ ਮੈਂ ਵੀ ਅਤੇ ਮੇਰੀ ਸਾਰੀ ਟੀਮ ਆਫ ਆਫਿਸਰਸ ਪਹੁੰਚ ਗਏ ਸੀ। ਅਸੀਂ ਉੱਥੇ ਮੌਕੇ ਤੋਂ ਬਾਅਦ ਆਸ ਪਾਸ ਤੋਂ ਜਿਹੜਾ ਸਾਨੂੰ ਐਵੀਡੈਂਸ ਇਕੱਠਾ ਕੀਤਾ ਉਹਦੇ ਪਿੱਛੇ ਅਸੀਂ 4 ਬੰਦੇ ਗ੍ਰਿਫਤਾਰ ਕਰ ਚੁੱਕੇ ਹਾਂ। ਉਹਨਾਂ ਦੇ ਨਾਮ ਅਸੀਂ ਜਾਣ ਬੁੱਝ ਕੇ ਡਿਸਕਲੋਜ਼ ਨਹੀਂ ਕਰ ਰਹੇ, ਕੋਈ ਜਿਹੜੀ ਸਾਡੀ ਫਰਦਰ ਇਨਵੈਸਟੀਗੇਸ਼ਨ ਹੈ ਕਿਤੇ ਉਹ ਖਰਾਬ ਨਾ ਹੋ ਜਾਵੇ। ਉੱਥੇ ਸਾਨੂੰ ਲੀਡਸ ਹੋਰ ਵੀ ਪ੍ਰੋਪਰ ਮਿਲੀਆਂ ਹੈਗੀਆਂ, ਉੱਥੇ ਕਾਰਵਾਈ ਕੀਤੀ ਜਾ ਰਹੀ ਹੈ। ਕੋਈ 302 ਕਤਲ ਕੇਸ ਆ ਜੀ, ਮਰਡਰ ਕੇਸ ਤਾਂ ਹੋਣਾ ਸੀ ਜਿੰਨੇ ਬੰਦਿਆਂ, ਬਾਕੀ ਜਿਹੜੇ ਫਿਰ ਪ੍ਰੈਸ ਕੋਡ ਤੋਂ ਡਿਟੇਲ ਦਿੱਤੀ ਹੋਈ ਸਾਰੀ। ਇਹ ਹਾਲੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਖਰਾਬ ਨਾ ਹੋਵੇ। 4 ਬੰਦੇ ਗ੍ਰਿਫਤਾਰ ਹੋ ਗਏ ਜੀ, ਇਸ ਤੋਂ ਬਾਅਦ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ, ਮੈਂ ਦੁਬਾਰਾ ਰਿਕੁਐਸਟ ਕੀਤੀ। ਹਾਲੇ 4 ਬੰਦੇ ਨਹੀਂ, ਹਾਲੇ ਇਹਨਾਂ ਕੋਲ ਹਥਿਆਰ ਬੰਦ ਨਹੀਂ ਹੋਏ, ਪਰ ਜੋ ਲਾਈਵ ਇੱਕ ਲਾਈਵ ਕਾਟਰੇਜ ਅਤੇ ਦੂਜੇ ਕਾਟਰੇਜ ਸਾਨੂੰ ਮੌਕੇ 'ਤੇ ਮਿਲੇ ਸੀ। ਮੈਂ ਦੇਖੀ ਨਹੀਂ, ਮੈਂ ਤੁਹਾਨੂੰ ਇਸ ਤੋਂ ਬਾਅਦ ਇਸ ਟਾਈਮ 'ਤੇ ਡਿਸਕਲੋਜ਼ ਨਹੀਂ ਕਰ ਸਕਦਾ ਬਿਕੋਜ਼ ਇਹਦੇ ਨਾਲ ਮੇਰੀ ਅਗਲੀ ਇਨਵੈਸਟੀਗੇਸ਼ਨ ਖਰਾਬ ਹੋ ਸਕਦੀ ਹੈ।